ਮੋਟਰਸਾਈਕਲ ਤੇ ਦੋ ਨੌਜਵਾਨ ਆਏ ਤੇ 600 ਦਾ ਮੋਟਰਸਾਈਕਲ ਦੇ ਵਿੱਚ ਪੈਟਰੋਲ ਪਵਾਇਆ। ਪੈਟਰੋਲ ਪੰਪ ਦੇ ਕਰਿੰਦੇ ਨੂੰ ਰਿਵੋਲਵਰ ਦਿਖਾ ਕੇ ਰਫ ਚੱਕਰ ਹੋ ਗਏ। ਲੁੱਟ ਖੋਹ ਦੀ ਇਹ ਘਟਨਾ ਸੀਸੀਟੀਵੀ ਚ ਰਿਕਾਰਡ ਹੋ ਗਈ। ਤਸਵੀਰਾਂ ਚ ਦੇਖ ਸਕਦੇ ਹੋ ਕਿ ਇਹਨਾਂ ਦੋਵੇਂ ਨੌਜਵਾਨਾਂ ਨੇ ਆਪਣੇ ਚਿਹਰੇ ਪੂਰੀ ਤਰ੍ਹਾਂ ਢੱਕੇ ਹੋਏ ਸਨ ਤੇ ਕਰਿੰਦੇ ਨੂੰ 600 ਦਾ ਪੈਟਰੋਲ ਭਰਵਾਉਣ ਲਈ ਬੋਲਦੇ ਨੇ ਤੇ ਜਦੋਂ ਮੋਟਰਸਾਈਕਲ ਦੀ ਟੈਂਕੀ ਫੁੱਲ ਹੋ ਜਾਂਦੀ ਹੈ ਤਾਂ ਇਹ ਲੁਟੇਰੇ ਪੈਸੇ ਦੇਣ ਦੀ ਥਾਂ ਪੈਟਰੋਲ ਪੰਪ ਦੇ ਕਰਿੰਦੇ ਨੂੰ ਰਿਵੋਲਵਰ ਦਿਖਾਉਂਦੇ ਨੇ ਤੇ ਉਸ ਕੋਲੋਂ ਪੈਸੇ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਇਹ ਵਿਅਕਤੀ ਉਹਨਾਂ ਦੇ ਪਿੱਛੇ ਭੱਜਦਾ ਨਜ਼ਰ ਆਇਆ। ਦੱਸਣਾ ਬਣਦਾ ਹੈ ਕਿ ਲੁੱਟ ਖੋਹ ਤੋਂ ਪਹਿਲਾਂ ਹੀ ਪੈਟਰੋਲ ਪੰਪ ਦਾ ਮਾਲਕ 2 ਦਿਨਾਂ ਦੀ ਨਕਦੀ ਜੋ ਤਕਰੀਬਨ 2 ਲੱਖ ਦੇ ਕਰੀਬ ਸੀ ਆਪਣੇ ਘਰ ਲੈ ਕੇ ਗਿਆ ਅਤੇ ਜੇ ਪੰਪ ਮਾਲਕ ਵੀ ਨਕਦੀ ਨਾ ਚੁੱਕਦਾ ਤਾਂ ਕੋਈ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀ। ਫਿਲਹਾਲ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਘਟਨਾ ਫਿਲੌਰ ਨੈਸ਼ਨਲ ਹਾਈਵੇ ਤੇ ਵਾਪਰੀ ਹੈ। ਹਾਲਾਂਕਿ ਚੋਣ ਜ਼ਾਬਤਾ ਲੱਗਿਆ ਹੋਇਆ ਤਾਂ ਵੀ ਲੁੱਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤੇ ਮੋਟਰਸਾਈਕਲ ਦੇ 2 ਮੁੰਡੇ ਆਏ ਸੀਗੇ ਜੀ, ਤੇਲ ਪਵਾਇਆ ਤੇ ਨਾਲ ਪੈਸੇ ਲੈ ਕੇ ਗੁੜ ਗਏ, ਰਿਵਾਲਵਰ ਦਿਖਾ ਕੇ ਜੀ ਪੈਸੇ ਖੋਲਿਆ। ਕਿੰਨੇ ਪੈਸੇ ਸੀਗੇ? ਪੈਸੇ 3-4 ਹਜ਼ਾਰ ਸੀਗਾ ਜੀ। 3-4 ਹਜ਼ਾਰ ਸੀ। ਮੂੰਹ ਬੰਨਿਆ ਸੀ ਤੇ ਤੇਲ 600 ਦਾ ਤੇਲ ਵੀ ਪਵਾਇਆ ਜੀ, ਫੁੱਲ 600 ਦਾ ਤੇਲ ਪਵਾਇਆ ਮੂੰਹ। ਹਾਂਜੀ, ਮੂੰਹ ਬੰਨਿਆ ਸੀਗਾ ਜੀ ਤੇ 2 ਜਣੇ ਸੀਗੇ। ਮੂੰਹ ਕਿੱਦਾਂ ਦੇ ਲੱਗਦੇ ਨੇ? ਕਿਹੜੀ ਟਾਈਪ ਸੀ ਬੰਦੇ? ਮੂੰਹ ਬੰਨਿਆ ਸੀਗਾ ਜੀ, ਦੇਖਿਆ ਦੇਖਿਆ ਨਹੀਂ ਹਨਾ। ਹਾਂਜੀ, ਪੁਲਿਸ ਵਾਲੇ ਕੋਲ ਜਾਣਕਾਰੀ? ਹਾਂ, ਪੁਲਿਸ ਨੇ ਦਿੱਤੇ ਸੀ ਉਦੋਂ ਹੀ ਕੱਲ ਦੇ। ਮਾਲਕ ਕੋਲ ਜਾਣਕਾਰੀ ਦੇ ਦੀ ਜੋ? ਹਾਂਜੀ ਹਾਂਜੀ, ਉਸ ਟਾਈਮ ਦੀ। ਪੁਲਿਸ ਵਾਲੇ ਆਏ ਸੀ? ਪੁਲਿਸ ਵਾਲੇ ਰਾਤ ਆਏ ਸੀਗੇ, 2-3 ਚੱਕਰ ਮਾਰੇ। ਸੀਸੀਟੀਵੀ ਕੈਮਰੇ ਨਿਕਾਲੀ? ਹਾਂਜੀ, ਕੈਮਰੇ ਨਿਕਾਲੇ। ਤੇ ਕਿਆ ਮੰਗ ਕਰ ਰਹੇ ਹੋ? ਮੰਗ ਸਰ, ਇਹਨੂੰ ਪਕੜਿਆ ਜਾ ਸਰ, ਦੇਖੋ ਜੀ ਇਦਾਂ ਹੋ ਲੁੱਟ ਖੋ ਰਹੀ ਹੈ ਸਰ, ਇਦਾਂ ਸਾਡਾ ਜੀਵਨ ਹਰਾਮ ਹੈ। ਇਹ ਬਾਸੀ ਪੈਲਸ ਦੇ ਨਾਲ HP ਪੈਟਰੋਲ ਪੰਪ ਹੈ, ਜਿਹਦੇ ਜਿਹੜੇ ਸਿਲਵਰ ਮੋਟਰਸਾਈਕਲ ਦੇ 2 ਮੋਨੇ ਨੌਜਵਾਨ ਜਿਨ੍ਹਾਂ ਨੇ ਮੂੰਹ ਬੰਨੇ ਸੀ ਅਤੇ 600 ਰੁਪਏ ਦਾ ਤੇਲ ਪਵਾਇਆ ਅਤੇ ਬਾਅਦ ਜਦੋਂ ਉਹਨੇ ਪੈਸੇ ਦੀ ਮੰਗ ਕੀਤੀ ਅਤੇ ਉਹਦੇ ਕੋਲੋਂ ਜਿਹੜੇ ਹੱਥ 'ਚ ਫੜੇ ਪੈਸੇ ਸੀ ਜਿਹੜੇ ਡਰਾ ਧਮਕਾ ਕੇ ਉਹਦੇ ਕੋਲੋਂ ਕਰੀਬ 3000 ਰੁਪਏ ਜਿਹੜਾ ਖੋ ਕੇ ਫਲੋਰ ਸਾਈਡ ਨੂੰ ਭੱਜ ਗਏ। ਕਿੱਦਾਂ ਦਾ ਹੋਲੀਆ ਦੱਸਿਆ ਉਹਨਾਂ ਨੂੰ? ਹੋਲੀਆ ਉਹਨਾਂ ਨੇ ਦੋਨਾਂ ਨੇ ਮੋਨੇ ਨੌਜਵਾਨ ਹੈ ਅਤੇ ਕੱਦ ਉਹਨਾਂ ਦੇ ਲੰਬੇ ਆ ਅਤੇ ਜਿਹੜੇ ਪੈਸੇ ਖੋ ਕੇ ਜਿਹੜੇ ਫਲੋਰ ਸਾਈਡ ਨੂੰ ਭੱਜ ਗਏ। ਕੀ ਲੱਗਦਾ ਜਿੱਦਾਂ ਨੋਰਮਲ ਵਾਲੀ ਸਾਈਡ ਆ, ਦਿਲਗੇ ਵਾਲੀ ਸਾਈਡ 'ਤੇ ਕਾਫੀ ਪੈਟਰੋਲ ਪੰਪ 'ਤੇ ਲੁੱਟਾਂ ਖੋਈਆਂ ਹੋਈਆਂ, ਉਹੀ ਤਾਂ ਨਹੀਂ ਲੱਗਦੇ ਉਹਨਾਂ ਨਾਲ ਕਿਤੇ ਸ਼ਕਲ ਬਣਾ ਰਹੇ ਆ ਸੀਸੀਟੀਵੀ ਕੈਮਰੇ ਨੇ? ਕੋਈ ਨਹੀਂ, ਇਸ ਸੰਬੰਧੀ ਜਿਹੜੀ ਆ ਤਫਤੀਸ਼ ਅਸੀਂ ਕਰ ਰਹੇ ਹਾਂ, ਸੀਸੀਟੀਵੀ ਜਿਹੜੇ ਆ ਕੈਮਰੇ ਆਲੇ ਦੁਆਲੇ ਸਾਰੇ ਦੇਖ ਰਹੇ ਹਾਂ, ਜੇ ਉਹਦੇ ਵਿੱਚ ਉੱਦਾਂ ਦੀ ਕੋਈ ਆਈ ਤਾਂ ਅਸੀਂ ਨਹੀਂ ਕਰਾਂਗੇ। ਕੀ ਪਰਚਾ ਦਰਜ ਕਰਨਾ? FIR ਜਿਹੜਾ ਦਰਜ ਕਰ ਦਿੱਤੀ ਹੈ ਤੇ ਤਫਤੀਸ਼ ਜਿਹੜੀ ਕਰ ਰਹੇ ਹਾਂ। ਮੋਟਰਸਾਈਕਲ ਤੇ 2 ਨੌਜਵਾਨ ਆਏ ਤੇ 600 ਦਾ ਮੋਟਰਸਾਈਕਲ ਦੇ ਵਿੱਚ ਪੈਟਰੋਲ ਪਵਾਇਆ। ਪੈਟਰੋਲ ਪੰਪ ਦੇ ਕਰਿੰਦੇ ਨੂੰ ਰਿਵੋਲਵਰ ਦਿਖਾ ਕੇ ਰਫ ਚੱਕਰ ਹੋ ਗਏ। ਲੁੱਟ ਖੋਹ ਦੀ ਇਹ ਘਟਨਾ ਸੀਸੀਟੀਵੀ ਚ ਰਿਕਾਰਡ ਹੋ ਗਈ। ਤਸਵੀਰਾਂ ਚ ਦੇਖ ਸਕਦੇ ਹੋ ਕਿ ਇਹਨਾਂ ਦੋਵੇਂ ਨੌਜਵਾਨਾਂ ਨੇ ਆਪਣੇ ਚਿਹਰੇ ਪੂਰੀ ਤਰ੍ਹਾਂ ਢੱਕੇ ਹੋਏ ਸਨ ਤੇ ਕਰਿੰਦੇ ਨੂੰ 600 ਦਾ ਪੈਟਰੋਲ ਭਰਵਾਉਣ ਲਈ ਬੋਲਦੇ ਨੇ ਤੇ ਜਦੋਂ ਮੋਟਰਸਾਈਕਲ ਦੀ ਟੈਂਕੀ ਫੁੱਲ ਹੋ ਜਾਂਦੀ ਹੈ ਤਾਂ ਇਹ ਲੁਟੇਰੇ ਪੈਸੇ ਦੇਣ ਦੀ ਥਾਂ ਪੈਟਰੋਲ ਪੰਪ ਦੇ ਕਰਿੰਦੇ ਨੂੰ ਰਿਵੋਲਵਰ ਦਿਖਾਉਂਦੇ ਨੇ ਤੇ ਉਸ ਕੋਲੋਂ ਪੈਸੇ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਇਹ ਵਿਅਕਤੀ ਉਹਨਾਂ ਦੇ ਪਿੱਛੇ ਭੱਜਦਾ ਨਜ਼ਰ ਆਇਆ। ਦੱਸਣਾ ਬਣਦਾ ਹੈ ਕਿ ਲੁੱਟ ਖੋਹ ਤੋਂ ਪਹਿਲਾਂ ਹੀ ਪੈਟਰੋਲ ਪੰਪ ਦਾ ਮਾਲਕ 2 ਦਿਨਾਂ ਦੀ ਨਕਦੀ ਜੋ ਤਕਰੀਬਨ 2 ਲੱਖ ਦੇ ਕਰੀਬ ਸੀ ਆਪਣੇ ਘਰ ਲੈ ਕੇ ਗਿਆ ਅਤੇ ਜੇ ਪੰਪ ਮਾਲਕ ਵੀ ਨਕਦੀ ਨਾ ਚੁੱਕਦਾ ਤਾਂ ਕੋਈ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀ। ਫਿਲਹਾਲ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਘਟਨਾ ਫਿਲੌਰ ਨੈਸ਼ਨਲ ਹਾਈਵੇ ਤੇ ਵਾਪਰੀ ਹੈ। ਹਾਲਾਂਕਿ ਚੋਣ ਜ਼ਾਬਤਾ ਲੱਗਿਆ ਹੋਇਆ ਤਾਂ ਵੀ ਲੁੱਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।
ਤੇ ਮੋਟਰਸਾਈਕਲ ਦੇ ਦੋ ਮੁੰਡੇ ਆਏ ਸੀਗੇ ਜੀ, ਤੇਲ ਪਵਾਇਆ ਤੇ ਨਾਲ ਪੈਸੇ ਲੈ ਕੇ ਭੁੱਲ ਗਏ, ਰਿਵਾਲਵਰ ਦਿਖਾ ਕੇ ਜੀ ਪੈਸੇ ਖੋਲਿਆ। ਕਿੰਨੇ ਪੈਸੇ ਸੀਗੇ? ਪੈਸੇ 3-4 ਹਜ਼ਾਰ ਸੀਗੇ ਆ ਜੀ। 3-4 ਹਜ਼ਾਰ ਤੇ ਤੇਲ 600 ਦਾ ਤੇਲ ਵੀ ਪਵਾਇਆ ਜੀ, ਫੁੱਲ 600 ਦਾ ਤੇਲ ਪਵਾਇਆ ਮੂੰਹ। ਹਾਂਜੀ ਮੂੰਹ ਬੰਨਿਆ ਸੀਗਾ ਜੀ, ਤੇ ਦੋ ਜਣੇ ਸੀਗੇ ਮੂੰਹ। ਕਿੱਦਾਂ ਦੇ ਲੱਗਦੇ ਨੇ? ਕਿਹੜੀ ਟਾਈਪ ਸੀ ਬੰਦੇ? ਮੂੰਹ ਬੰਨਿਆ ਸੀਗਾ ਜੀ, ਦੇਖਿਆ ਦੇਖਿਆ ਨਹੀਂ ਹਨਾ। ਹਾਂਜੀ ਪੁਲਿਸ ਵਾਲੇ ਕੋਲ ਜਾਣਕਾਰੀ? ਹਾਂ ਪੁਲਿਸ ਨੇ ਦਿੱਤੇ ਸੀ ਉਦੋਂ ਹੀ ਕੱਲ ਦੇ। ਮਾਲਕ ਕੋਲ ਜਾਣਕਾਰੀ ਦੇਦੀ ਜੋ ਟਰੱਕ? ਹਾਂਜੀ ਹਾਂਜੀ ਉਸ ਟਾਈਮ ਦੀ। ਪੁਲਿਸ ਵਾਲੇ ਆਏ ਸੀ? ਪੁਲਿਸ ਵਾਲੇ ਰਾਤ ਆਏ ਸੀਗੇ, 2-3 ਚੱਕਰ ਮਾਰੇ। ਸੀਸੀਟੀਵੀ ਕੈਮਰੇ ਨਿਕਾਲੇ? ਹਾਂਜੀ ਕੈਮਰੇ ਨਿਕਾਲੇ। ਓਕੇ ਤੇ ਕੀ ਮੰਗ ਕਰ ਰਹੇ ਹੋ? ਮੈਂ ਸਰ ਇਹਨੂੰ ਪਕੜਿਆ ਜਾ ਸਰ, ਦੇਖੋ ਜੀ ਇਦਾਂ ਲੁੱਟਪੋ ਹੋ ਰਹੀ ਹੈ ਸਰ, ਇਦਾਂ ਸਾਡਾ ਹਮਰਾਨ ਹੈ। ਇਹ ਬਾਸੀ ਪੈਲਸ ਦੇ ਨਾਲ HP ਪੈਟਰੋਲ ਪੰਪ ਹੈ, ਜਿਹਦੇ ਜਿਹੜੇ ਸਿਲਵਰ ਮੋਟਰਸਾਈਕਲ ਦੇ ਦੋ ਮੋਨੇ ਨੌਜਵਾਨ ਜਿਨ੍ਹਾਂ ਨੇ ਮੂੰਹ ਬੰਨੇ ਸੀ ਅਤੇ 600 ਰੁਪਏ ਦਾ ਤੇਲ ਪਾਇਆ, ਅਤੇ ਬਾਅਦ ਜਦੋਂ ਉਹਨੇ ਪੈਸੇ ਦੀ ਮੰਗ ਕੀਤੀ ਅਤੇ ਉਹਦੇ ਕੋਲੋਂ ਜਿਹੜੇ ਹੱਥ 'ਚ ਫੜੇ ਪੈਸੇ ਸੀ ਜਿਹੜੇ ਡਰਾ ਧਮਕਾ ਕੇ ਉਹਦੇ ਕੋਲੋਂ ਕਰੀਬ 3000 ਰੁਪਈਆ ਜਿਹੜਾ ਖੋ ਕੇ ਫਲੋਰ ਸਾਈਡ ਨੂੰ ਭੱਜ ਗਏ। ਕਿੱਦਾਂ ਦਾ ਹੋਲੀਆ ਦੱਸਿਆ ਉਹਨਾਂ ਨੂੰ? ਹੋਲੀਆ ਉਹਨਾਂ ਨੇ ਦੋਨਾਂ ਨੇ ਮੋਨੇ ਨੌਜਵਾਨ ਹੈ ਅਤੇ ਕੱਦ ਉਹਨਾਂ ਦੇ ਲੰਬੇ ਆ ਅਤੇ ਜਿਹੜੇ ਪੈਸੇ ਖੋ ਕੇ ਜਿਹੜੇ ਫਲੋਰ ਸਾਈਡ ਨੂੰ ਭੱਜ ਗਏ। ਕੀ ਲੱਗਦਾ ਜਿੱਦਾਂ ਨੋਰਮਲ ਵਾਲੀ ਸਾਈਡ ਆ, ਦਿਲਗੇ ਵਾਲੀ ਸਾਈਡ 'ਤੇ ਕਾਫੀ ਪੈਟਰੋਲ ਪੰਪ 'ਤੇ ਲੁੱਟਾਂ ਖੋਈਆਂ ਹੋਈਆਂ, ਉਹੀ ਤਾਂ ਨਹੀਂ ਲੱਗਦੇ ਉਹਨਾਂ ਨਾਲ ਕਿਤੇ ਸ਼ਕਲ ਮਿਲਾ ਰਹੇ ਆ CCTV ਕੈਮਰੇ ਨੇ? ਹੁਣ ਇਸ ਸੰਬੰਧੀ ਜਿਹੜੀ ਆ ਤਫਤੀਸ਼ ਅਸੀਂ ਕਰ ਰਹੇ ਹਾਂ, CCTV ਜਿਹੜੇ ਆ ਕੈਮਰੇ ਆਲੇ ਦੁਆਲੇ ਸਾਰੇ ਦੇਖ ਰਹੇ ਹਾਂ, ਜੇ ਉਹਦੇ ਵਿੱਚ ਉੱਦਾਂ ਦੀ ਕੋਈ ਆਈ ਤਾਂ ਨਹੀਂ ਕਰਾਂਗੇ। ਪਰਚਾ ਦਰਜ ਕਰ FIR ਜਿਹੜਾ ਦਰਜ ਕਰ ਦਿੱਤੀ ਹੈ ਅਤੇ ਤਫਤੀਸ਼ ਜਿਹੜੀ ਕਰ ਰਹੇ ਹਾਂ।